السلام علیکم سین صاحب عید مبارک جناب بابا جی دونوں کون آ گئے سن تقریباً ملتے ملتے اور بابا جی کدھر نماز پڑھن نماز پڑھن جا رہے ہیں ماشاء اللہ سبحان اللہ بھی چلے کٹھے جا رہے ہیں اللہ علیہ وسلم کی بارگاہ میں درود و سلام کا نذرانہ پیش کرنے کے بعد ناشی کا قدس پیش کرنے کے بعد نہایت دیوالی چلو عید مبارک عید مبارک بابا جی تینوں مل لیا عید مبارک بہت مبارک عید مبارک عید مبارک عید مبارک جس طرح بابا جی نالے بھی آنا کدھر ہوں واہ ماشاء اللہ چیک کرو جی سارے قبرستان آئے نا چیک کرو جی رانا حسن دا فیورٹ کزن تے اے او دا کزن دوواں نے اکو نال دی وار رکھے دنا ماشاءاللہ نو بست نہیں کرنا ہے اے جی عبد الرحمان تھلے وی ساتھ صاحب اے او رو ہے کھچ ماری ہے عبد الرحمان لے 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 یار مال اے جا کرو جی مال اے بلی ڈاؤن بلی ڈاؤن بلائے پکڑے گا تو سائیں مچو یہ ہے ہاتھ ٹوپی سدی پا ہاتھ صاحب ٹوپی بابا ایک دن پائی دیا کیا حال ہے شی کا پتنگ چن کی ہوں کیوں نہیں پتا تین اج کوئی نام پیچی کا بابا جی اس بندے نے پہچانا ہی نہیں نہ دن ٹائم اینک لگی نہ رات ٹائم اینک لور ہے کہ اک بنوا کے لیا ہوں جی نے ملنے بھائی سے اپنی
ਵੀਰਵਾਰ ਹੈ ਕਾਫੀ ਫਜਰ ਕਾਫੀ ਫਜਰ ਬਹੁਤ ਹੀ ਨਹੀਂ ਸੁਣ ਰਹੇ ਫੈਂਕ ਦੋ ਕਰੋ ਜੀ ਤਲਾਬ ਚਾਹੀਦੇ ਗਾਲ ਕਰਕੇ ਬੁਲਾਏ ਮੇਰੇ ਤਾਂ ਲੱਗੋ ਪ੍ਰੂਫ ਬੂਟ ਪਾਏ ਦੇ ਕ੍ਰਿਕਟ ਦੀ ਟੀਮ ਸਾਡੀ ਗੇਂਦਾ ਚੜੀ ਟੇਪ ਨਾ ਕੱਢਿਓ ਕੋਈ ਮੇਰੀ ਹਾਂਜੀ ਕੀ ਹਾਲ ਜੀ ਠੀਕ ਹੋ ਚੈੱਕ ਕਰੋ ਜੀ ਸ਼ਿਕਾਰ ਟਾਈਮ ਭੁੱਖ ਲੱਗੀ ਸੀ ਇਧਰ ਆ ਕੇ ਸ਼ਿਕਾਰ ਖੇਡਿਆ ਜਾ ਰਿਹਾ ਮਾਮੂ ਘਰ ਆ ਕੇ ਲੰਗਰ ਨੂੰ ਕੋਈ ਮਾਫੀ ਨੀ ਇਹੀ ਗੱਲ ਹੈ ਪਹਿਲੇ ਦਹੀਂ ਭੱਲੀਆਂ ਸੇਵੀਆਂ ਵਗੈਰਾ ਬੋਤਲ ਛੋਤਲ ਸਭ ਕੁਛ ਜੀ ਤੇ ਹੁਣ ਚਨੇ ਚਾਵਲ ਖਾ ਰਹੇ ਨੇ ਸਾਡਾ ਦਿਲ ਨੀ ਕਰਦਾ ਫਿਰ ਹਾਂ ਰਾਣਾ ਚਾਸ ਹੈ ਕਿ ਨਹੀਂ ਹਾਂ ਤੁਹਾਨੂੰ ਬਹੁਤ ਚਾਸ ਆਈ ਬਹੁਤਾ ਹੀ ਜੋਬਣ ਹੈ ਐ ਚੈੱਕ ਕਰੋ ਜੀ ਸਾਧ ਬ੍ਰਾਂਡ ਔਰ ਅਹਿਮਦ ਬ੍ਰਾਂਡ ਖਾ ਕੇ ਨਿਕਲੇ ਨਾ ਤੁਸੀਂ ਉਹਦੇ ਹੋਰ ਐਸਨੈਨ ਬ੍ਰਾਂਡ ਬੱਚਿਆਂ ਕੋਲ ਬੋਤਲ ਠੱਗ ਲਿਆ ਇਹਦੇ ਕੋਲ ਬੋਤਲ ਠੱਗੀ ਕਿੱਥੇ ਗਿਆ ਜੀ ਇਹਦੇ ਕੋਲ ਬੋਤਲ ਠੱਗੀ ਜਾਂਦੇ ਆ ਠੱਗੀਏ ਕਿਉਂ ਦੱਸੋ ਸਾਹ ਸਾਹਿਬ ਇੱਧਰ ਬੜੇ ਅੱਧੀ ਨੇ ਪੀਤੀ ਆ ਅੱਧੀ ਨੇ ਪੀਤੀ ਆ ਕੁਛ ਕਹਿਣਾ ਚਾਹੋਗੇ ਤੁਹਾਡੇ ਨਾਲ ਧੋਖਾ ਹੋਇਆ ਤੁਹਾਨੂੰ ਪਿਆਈ ਨੀ ਗਈ ਤੁਹਾਨੂੰ ਕੁਛ ਕਹਿ ਨੀ ਸਕਦੇ ਪੈਸੇ ਤੂੰ ਖਾਓ ਲੱਡੂ ਬ੍ਰਾਂਡ ਚੈੱਕ ਕਰੋ ਲੱਡੂ ਬ੍ਰਾਂਡ ਸਹੀ ਗੱਲ ਹੈ ਇਹੀ ਗੱਲ ਪਿੱਛੇ ਹੋ ਸਾਧ ਬ੍ਰਾਂਡ ਸਾਧ ਨੂੰ ਦੋਵੋ ਵਲੋਗ ਬਣਾ ਰਿਹਾ ਮੈਂ ਤੁਹਾਨੂੰ ਛੁੱਟੀ ਹੋ ਗਈ ਯਾਰ ਐ ਚੈੱਕ ਕਰੋ ਸੁਨੀ ਬ੍ਰਾਂਡ ਜਲਦੀ ਜਲਦੀ ਬਣਾਉਣਾ ਬੱਚਾ ਜੀ ਵੀਡੀਓ ਬੜੀ ਲੰਬੀ ਹੋਈ ਜਾਂਦੀ ਸ਼ਾਬਾ ਐਜ ਬ੍ਰਾਂਡ ਬੱਚਾ ਖਾ ਕੇ ਦੱਸਣਾ ਕਿਸ ਤਰ੍ਹਾਂ ਦਾ ਬਣਿਆ ਠੀਕ ਹੈ ਕਿਹੜੇ ਮਹੱਲੇ ਦਾ ਅੱਛਾ ਯਾਰ ਤੁਹਾਨੂੰ ਇੱਥੇ ਨਾ ਖਾਈਆਂ ਠੱਗ ਹੁੰਦੇ ਬੱਚਿਆਂ ਕੋਲ ਚੀਜ਼ਾਂ ਕਦੀ ਬੋਤਲ ਠੱਗ ਲਿਆ ਕਦੀ ਆਪਣੀ ਦੁਕਾਨ ਤੇ ਲੋਕਾਂ ਨੂੰ ਠੇਕਣੇ ਬੱਗੇ ਤੇ ਕਿਸੇ ਨੇ ਆਣਾ ਵੀ ਨੀ ਤੇਰੇ ਕੋਲ ਸ਼ਰਤ ਹਰਾਮ ਹੀ ਖਾਇਓ ਜਦੋਂ ਵੀ ਖਾਇਓ ਲਾਲ ਖਾ ਲਵਾਂ ਤੁਰ ਜਾ ਗੱਲ ਭਲਾ ਕੀ ਹੋਈ ਸੀ ਅਸੀਂ ਕਿਸੇ ਦੀ ਬੇਇੱਜ਼ਤੀ ਤੇ ਇਹਨੇ ਕਿਹਾ ਕਿ ਤੁਹਾਨੂੰ ਅਸੀਂ ਕਰਾਵਾਂਗੇ ਡਿੰਗ ਅਸੀਂ ਚਲੋ ਠੀਕ ਆ ਅਸੀਂ ਤੇਰੇ ਰਲ ਕੇ ਮੈਂ ਸੌ ਤੇ ਸੈਨੀ ਪੈਕ ਕਰਕੇ ਖਾਦ ਜਾਣਾ ਡਿੰਗ ਅਸੀਂ ਮੰਗਵਾਈਆਂ ਦੋ ਅਸੀਂ ਇੱਕ ਖਲਵਾਈ ਨੀ ਤੇ ਇੱਕ ਅਸੀਂ ਖਲਵਾ ਲਈ ਤੇ ਇੱਕ ਅਸੀਂ ਬਾਹਰ ਹੀ ਵਾਪਸ ਕਰਵਾਏ ਤੇ ਇੱਕ ਅਸੀਂ ਤਿੰਨਾਂ ਨਾਲ ਰਲ ਕੇ ਪੀ ਲਈ ਤੇ ਇਹਦੇ ਕੋਲ ਵੀ ਅੱਧੀ ਪੀ ਲਈ ਅਸੀਂ ਹੈ ਚੈੱਕ ਕਰੋ ਜੀ ਉਹਨਾਂ ਨੂੰ ਬੋਤਲ ਨਹੀਂ ਪਲਾਉਂਦਾ ਬੰਦਾ ਕੋਈ ਨੀ ਵੱਡਾ ਦਿਲ ਲੈ ਪੈ ਬੜੇ ਨੇ ਗਰੀਬਾਂ ਇੱਕ ਜਿਸਨੀ ਪਿਆ ਤੇ ਕੀ ਹੋ ਗਿਆ ਗਰੀਬਾਂ ਨੂੰ ਪਿਆਰ ਨਾਲ ਖਵਾਉਣਾ ਪੈਣਾ ਚਾਹੀਦਾ ਉਹ ਫਿਰ ਇੱਕ ਹੋਰ ਸਿੱਖ ਲੈ ਨੀ ਸ਼ੁਕਰੀਆ ਭਾਈ ਸ਼ਵਾਰਮਾ ਲਾਇਆ ਬੱਚੇ ਦਾ ਹੁਣ ਬੱਚੇ ਕੋਲ ਇੰਟਰਵਿਊ ਦਿੰਦੇ ਆ ਹਾਂਜੀ ਮਜ਼ਾ ਆਇਆ ਭਾਈ ਜਾਨ ਥੋੜਾ ਕਿ ਜ਼ਿਆਦਾ ਤੂੰ ਪੜੇ ਹੋ ਤੂੰ ਬਾਰ ਬਾਰ ਵੀਡੀਓ ਦੇਖੀ ਯਾਰ ਉਹ ਢਿੱਲਾ ਬ੍ਰਾਂਡ ਉਮਰ ਬ੍ਰਾਂਡ ਐਂਡ ਫਾਸ ਬ੍ਰਾਂਡ ਐ ਫਾਸ ਬ੍ਰਾਂਡ ਐ ਉਮਰ ਬ੍ਰਾਂਡ ਐ ਚੈੱਕ ਕਰੋ ਸਾਡੇ ਵਾਸਤੇ ਦੋ ਸਾਡਾ ਬਰਗਰ ਲਾ ਰਿਹਾ ਡਬਲ ਅੰਡੇ ਲਾ ਵੀ ਗੁੱਡ ਐ ਚੈੱਕ ਕਰੋ ਜੀ ਚੈੱਕ ਹੀ ਬਸ ਕਰੋ ਚੈੱਕ ਨਹੀਂ ਕਰਾਉਣਾ ਤੁਹਾਨੂੰ
ਐ ਜੇ ਕਲਾਕਾਰੀ ਐ ਮਸ਼ਹੂਰ ਬਾਬਾ ਜੀ ਜੁਨੀਦਾ ਬਰਗਰ ਜੀ ਐ ਜੈ ਕਰੋ ਮੈਂ ਬਰਗਰ ਇੱਕ ਲਵਾ ਤੇ ਲਿਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਇੱਕ ਬਰਗਰ ਲਵਾਇਆ ਦਸ ਬੰਦੇ ਇਕੱਠੇ ਹੋ ਗਏ ਨਾ ਜਦੋਂ ਇਹ ਚੈੱਕ ਕਰੋ ਜੀ ਉਹ ਲੜਾਈ ਹੋ ਗਈ ਜੀ ਜੁਨ ਸਾਹਿਬ ਬਸ ਕਰੀਏ ਜੁਨੀ ਨਾ ਅੱਜ ਮੈਨੂੰ ਕਿਹਾ ਮੈਂ ਰੱਖਾ ਲਾ ਇਹ ਚੈੱਕ ਕਰੇ ਲੇਸ ਜਾਂ ਖੋਕ ਲਿਆ ਦੌੜ ਕੇ ਜਾ ਖੋਕ ਲਿਆ ਜਾ ਇਹ ਚੈੱਕ ਕਰੇ ਲੰਗਰ ਦਾ ਪਤਾ ਚੱਲ ਗਿਆ ਆਪ ਮਾੜਾ ਬਰਗਰ ਪੈਕ ਕਰਦੇ ਤੇ 15-20 ਬੰਦੇ ਇਕੱਠੇ ਹੋ ਗਏ ਆ ਤੇ ਹੁਣ ਕਿਆ ਕਰੇ ਨਾਜ਼ਰੀ ਚੈੱਕ ਕਰੋ ਪ੍ਰਿੰਸ ਕੋਟ ਪ੍ਰਿੰਸ ਨੇ ਪਹਿਨਾ ਹੋਇਆ ਕੋਈ ਤੇ ਇੱਥੇ ਖਾਣਾ ਨਾ ਆਇਆ ਖਾਈਏ ਇੱਧਰ ਆ ਤੁਹਾਡੀ ਬੇਇੱਜ਼ਤੀ ਕੀਤੀ ਹੁਣ ਆਇਆ ਭੁੱਲ ਕੇ ਵੀ ਤੇ ਆਇਆ ਏ ਮੈਂ ਡਰ ਗਈ ਆਪ ਕੌਣ ਹੈ ਭਾਈ ਭਾਈ ਬਰਗਰ ਲੈਣ ਆਇਆ ਕਸਟਮਰ ਅੱਛਾ ਕਸਟਮਰ ਓਕੇ ਉਹ ਸੂਟੇ ਲੱਗ ਰਹੇ ਆ ਸਾਹਮਣੇ ਭਾਈ ਕਿਤਨੇ ਪੀਸ ਕਰੇ ਭਾਈ ਦੋ ਕਰ ਦੇ ਹਾਏ ਹਾਏ ਭਾਈ ਬਰਗਰ ਲਾਓ ਹੋਰ ਕਿਤਾ ਭਾਈ ਭਾਈ ਅੰਦਰ ਰੱਖੋ ਇਸੇ ਅੱਛਾ ਭਾਈ ਲੋ ਯਾਰ ਕੀ ਕਰ ਲੈ ਚੱਕ ਵਿੱਚ ਮੂੰਹ ਵਿੱਚ ਹੀ ਮਾਰ ਦੇ ਕਿਸ ਦਾ ਬਰਗਰ ਲਗਾਣਾ ਭਾਈ ਹੋਰ ਹੋ ਉੱਡੂ ਬੋਲਦੇ ਹਨ ਇਹ ਇੱਕ ਲਾ ਦੇ ਯਾਰ ਇਹਦਾ ਮੁੰਡੇ ਦਾ ਪਿੱਛੇ ਖਾ ਲੋ ਭਾਈ ਇਧਰ ਲਾ ਨਾ ਗਿਆ ਉਹ ਵਧੀਆ ਅੱਛੇ ਕੱਚ ਬਣਾ ਲੈ ਮਜ਼ਾ ਨਹੀਂ ਨਵੀਂ ਹੋ ਰਹੀ ਯਾਰ ਡਬਰਾ ਨੇ ਗੁਰ ਚਾਸਾ ਰਣ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਓਕੇ ਓਕੇ ਹਾਂਜੀ ਸਾਧ ਭਾਈ ਮਰਦਾ ਹੈ ਕਿ ਨਹੀਂ ਆ ਮਜ਼ੇਦਾਰ ਬੋਤਲ ਦੇ ਕਹਿੰਦਾ ਕੱਲੇ ਕੱਲੇ ਪੀ ਲਈਏ ਯਾਰ ਕਿ ਝੂਠੇ ਮੋਟੇ ਸਲਾਹ ਮਾਰ ਛੱਡ ਦੇ ਤੁਸੀਂ ਦੁਕਾਨਦਾਰ ਹੋ ਠੀਕ ਹੈ ਠੀਕ ਹੋ ਦੋ ਮੈਂ ਪਾਵਾਂ ਆ ਆਂਦੀ ਆ ਐਵੇਂ ਗੋਲਾ ਖਾਈ ਜਾ ਰਿਹਾ ਲਾਗੇ ਖਲੋ ਕੇ ਸਲਾਹ ਨਹੀਂ ਮਾਰਦਾ ਚਲੋ ਪੈਗੀ ਪੈਗੀ ਵਾਲੇ ਸ਼ੁਕਰੀਆ ਭਾਈ ਓਹੋ ਪੁਰਾਣੀ ਫਿਲਮਾਂ ਜ਼ਰਾ ਕਿਸ ਕਾ ਨਾਮ ਹੈ ਕਾਤੀਆ ਹਾਏ ਹਾਏ ਬਸ ਚੱਲ ਵਾਪਸ ਭਰਾ ਦੇ ਚਲੀਏ ਓਏ ਮਿਸ ਹੋ ਗਿਆ ਠਸ ਤੇਰੇ ਨਾਲ ਦਾ ਠਸ ਦੇ ਉਹਨੂੰ ਵਾਪਸ ਚਲੀਏ ਦੀ ਚੀਜ਼ਾਂ ਬੱਚੇ ਦੇ ਤੂੰ ਸ਼ਾਰਦੇ ਸ਼ਰਲੇ ਲਾਇਆ ਕਰਨਾ ਮੈਂ ਛੱਡ ਦੋ ਤੁਸੀਂ ਚੱਲ ਬਸ।